ਦਲ ਖਾਲਸਾ ਵੱਲੋਂ ਨਵੇਂ ਵਰ੍ਹੇ ਦਾ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ ਹੈ। 552 ਨਾਨਕਸ਼ਾਹੀ ਕੈਲੰਡਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਜਾਰੀ ਕਰਨ ਦੌਰਾਨ ਦਲ ਖਾਲਸਾ ਤੇ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਦਰਮਿਆਨ ਗਰਮਾ ਗਰਮੀ ਵੀ ਸਾਹਮਣੇ ਆਈ ਹੈ ਅਤੇ ਇਸ ਖਿੱਚ ਧੂ ਵਿੱਚ ਨਾਨਕਸ਼ਾਹੀ ਕੈਲੰਡਰ ਫਟ ਗਿਆ। ਇਸ ਵਾਰ ਨਾਨਕਸ਼ਾਹੀ ਕੈਲੰਡਰ ਪਾਕਿਸਤਾਨ ਸਥਿਤ ਮੁਕੱਦਸ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਨੂੰ ਸਮਰਪਿਤ ਹੈ। ਨਾਨਕਸ਼ਾਹੀ ਕੈਲੰਡਰ ਉੱਪਰ ਹਾਲਾਂਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਤਸਵੀਰ ਨਹੀਂ ਹੈ ਪਰ ਉੱਥੇ ਸੁਸ਼ੋਭਿਤ ਸ੍ਰੀ ਸਾਹਿਬ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਸਵੀਰ ਹੈ। ਕੈਲੰਡਰ ਦੇ ਹੇਠਾਂ ਅਰਦਾਸ ਤੋਂ ਜੱਫੀ ਤੋਂ ਹਕੀਕਤ ਤੱਕ ਸਿਰਲੇਖ ਹੇਠ ਲਾਂਘਾ ਖੁੱਲਣ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਅਤੇ ਦਲ ਖਾਲਸਾ ਵੱਲੋਂ ਕਰਤਾਰਪੁਰ ਸਾਹਿਬ ਨੂੰ ਸਿੱਖਾਂ ਦੀ ਮਿਸਾਲੀ ਪ੍ਰਾਪਤੀ ਦੱਸਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਕੈਲੰਡਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਇਸ ਉੱਪਰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਸਵੀਰ ਜ਼ਰੀਏ ਉਹਨਾਂ ਦਾ ਧੰਨਵਾਦ ਕੀਤਾ ਗਿਆ ਹੈ ਅਤੇ ਇਸ ਜ਼ਰੀਏ ਸਿੱਖ ਮੁਸਲਿਮ ਏਕਤਾ ਦਾ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ। ਵੱਡੀ ਜਿਹੜੀ ਇੱਕ ਲੈਂਡਮਾਰਕ ਅਚੀਵਮੈਂਟ ਹੋਈ ਹੈ, ਇੱਕ ਮੀਲ ਪੱਥਰ ਉਪਲਬਧੀ ਹੋਈ ਹੈ, ਉਹ ਹੈਗੀ ਹੈ ਕਰਤਾਰਪੁਰ ਕੋਰੀਡੋਰ। ਇਹ ਕੈਲੰਡਰ ਅਸੀਂ ਕਰਤਾਰਪੁਰ ਕੋਰੀਡੋਰ ਨੂੰ ਸਮਰਪਿਤ ਕਰ ਰਹੇ ਹਾਂ। ਅਸੀਂ ਪਾਕਿਸਤਾਨ ਸਰਕਾਰ ਦਾ, ਪਾਕਿਸਤਾਨ ਦੀ ਆਵਾਮ ਦਾ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਇਹ ਕੋਰੀਡੋਰ ਬਣਾ ਕੇ ਸਿੱਖ ਕੌਮ ਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ 550 ਗੁਰਪੁਰਬ ਸਾਲਾਂ ਦੇ ਮੌਕੇ 'ਤੇ। ਔਰ ਅਸੀਂ ਦਲ ਖਾਲਸਾ ਦੇ ਕਾਰਕੁਨ ਇਸ ਤੇ ਅੜੇ ਰਹੇ ਅਤੇ ਦੋਹਾਂ ਧਿਰਾਂ ਦਰਮਿਆਨ ਧੱਕਾ ਮੁੱਕੀ ਤੱਕ ਨੌਬਤ ਪਹੁੰਚ ਗਈ। ਇਸ ਕਾਰਵਾਈ ਦੌਰਾਨ ਜਦੋਂ ਸਿੱਖ ਆਗੂਆਂ ਨੇ ਕੈਲੰਡਰ ਰਿਲੀਜ਼ ਕਰਨ ਦੇ ਲਈ ਖੋਲਿਆ ਤਾਂ ਤਾਇਨਾਤ ਟਾਸਕ ਫੋਰਸ ਵੱਲੋਂ ਕੈਲੰਡਰ ਖੋਣ ਦਾ ਯਤਨ ਕੀਤਾ ਗਿਆ, ਜਿਸ ਦੌਰਾਨ ਕੈਲੰਡਰ ਦਾ ਕੁਝ ਹਿੱਸਾ ਫਟ ਗਿਆ। ਸਿੱਖ ਆਗੂਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਖਾਲਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਗੂੰਜਦੇ ਨਜ਼ਰ ਆਏ, ਹਾਲਾਂਕਿ ਬਾਅਦ ਵਿੱਚ ਅਕਾਲ ਤਖ਼ਤ ਸਕੱਤਰੇ ਦੇ ਇੰਚਾਰਜ ਵੱਲੋਂ ਦਲ ਖਾਲਸਾ ਦੇ ਕਾਰਕੁਨਾਂ ਨਾਲ ਸੰਪਰਕ ਸਾਧ ਟਾਸਕ ਫੋਰਸ ਵੱਲੋਂ ਕੀਤੇ ਮਾੜੇ ਵਤੀਰੇ ਲਈ ਦੁੱਖ ਜ਼ਾਹਰ ਕਰਦਿਆਂ ਉਹਨਾਂ ਨੂੰ ਸਕੱਤਰਤ ਵਿਖੇ ਨਾਨਕਸ਼ਾਹੀ ਕੈਲੰਡਰ ਜਾਰੀ ਕਰਨ ਦੀ ਇਜਾਜ਼ਤ ਦਿੱਤੀ ਗਈ। ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਟਾਸਕ ਫੋਰਸ ਵੱਲੋਂ ਨਾਨਕਸ਼ਾਹੀ ਕੈਲੰਡਰ ਜਾਰੀ ਕਰਨ ਦੌਰਾਨ ਬੇਵਜ੍ਹਾ ਅੜੰਗਾ ਡਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਨਾਨਕਸ਼ਾਹੀ ਕੈਲੰਡਰ ਦੇ ਚੱਲ ਰਹੇ ਵਿਵਾਦ ਨੂੰ ਹੱਲ ਕੀਤਾ ਜਾਵੇ। ਇੱਥੋਂ ਦੇ ਕੁਝ ਮੁਲਾਜ਼ਮ ਜਿਹੜੇ ਮੂੰਹ ਜ਼ੋਰ ਸੀਗੇ, ਜਿਨ੍ਹਾਂ ਨੂੰ ਇਹਨਾਂ ਨੇ ਨਵੇਂ ਮੁੰਡੇ ਭਰਤੀ ਕੀਤੇ ਨੇ, ਉਹਨਾਂ ਨੂੰ ਨਹੀਂ ਪਤਾ ਕਿ ਕਿੱਦਾਂ ਸੰਗਤਾਂ ਦੇ ਨਾਲ, ਜਥੇਬੰਦੀਆਂ ਦੇ ਨਾਲ ਵਿਹਾਰ ਕਰੀਦਾ। ਉਹਨਾਂ ਨੇ ਇਤਰਾਜ਼ ਕੀਤਾ, ਇੱਕ ਕੈਲੰਡਰ ਨੂੰ ਖਿੱਚੋਤਾਨੀ ਦੇ ਵਿੱਚ ਉਹਨਾਂ ਦੇ ਹੱਥੋਂ ਫਟਿਆ ਵੀ ਹੈ। ਪਰ ਜਦੋਂ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਪੀਏ ਨੇ ਉਹਨਾਂ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੇ ਜਾਰੀ ਕਰ ਸਕਦੇ ਹੋ, ਕਿਉਂਕਿ ਮੈਂ ਉਹਨਾਂ ਨੂੰ ਵੀ ਅਤੇ ਸੰਗਤ ਦੇ ਸਾਹਮਣੇ ਵੀ ਇਹ ਗੱਲ ਬੜੀ ਸਪਸ਼ਟ ਕਹੀ ਕਿ ਕੱਲ੍ਹ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਬਿਆਨ ਜਾਰੀ ਕੀਤਾ ਕਿ ਅਕਾਲ ਤਖ਼ਤ ਸਾਰਿਆਂ ਦਾ ਸਾਂਝਾ ਹੈ, ਅਤੇ ਜਦੋਂ ਸਾਰਿਆਂ ਦਾ ਸਾਂਝਾ ਤਾਂ ਫਿਰ ਸਾਨੂੰ ਇੱਥੇ ਕੈਲੰਡਰ ਜਾਰੀ ਕਰਨ ਤੋਂ ਕਿਉਂ ਰੋਕਿਆ ਗਿਆ। ਦਲ ਖਾਲਸਾ ਮੁਖੀ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਮੂਲ ਨਾਨਕਸ਼ਾਹੀ ਕੈਲੰਡਰ ਜੋ 2003 ਵਿੱਚ ਸਰਬਸੰਮਤੀ ਨਾਲ ਜਾਰੀ ਕੀਤਾ ਗਿਆ ਸੀ ਨੂੰ ਮੁੜ ਬਹਾਲ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 5 ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵਿੱਚ ਇਸ ਕੈਲੰਡਰ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਸਾਬਕਾ ਪ੍ਰਧਾਨ ਹਰਚਰਨਜੀਤ ਧਾਮੀ ਨੇ ਵੀ ਇਸ ਕੈਲੰਡਰ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ। ਖਾਲਸਾ ਪੰਥ ਨੇ 2003 ਦੇ ਵਿੱਚ ਲਾਗੂ ਕੀਤਾ ਸੀ, ਉਸ ਨੂੰ ਮੁੜ ਲਾਗੂ ਕੀਤਾ ਜਾਵੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸੇ ਸੀਟ 'ਤੇ ਇਸੇ ਪਦਵੀ 'ਤੇ ਬੈਠੇ 2003 ਦੇ ਵਿੱਚ ਜਥੇਦਾਰ ਸਾਹਿਬ ਨੇ ਲਾਗੂ ਕੀਤਾ ਸੀ। 2010 ਦੇ ਵਿੱਚ ਇੱਥੇ ਹੀ ਬੈਠੇ ਜਥੇਦਾਰ ਨੇ ਇਸ ਨੂੰ ਮੁੜ ਸੋਧਾਂ ਦੇ ਨਾਂ ਹੇਠ ਇਸ ਦੀ ਰੂਹ ਦਾ ਕਤਲ ਕੀਤਾ। ਸੋ ਹੁਣ ਜਿਹੜੇ ਇਸ ਥਾਂ 'ਤੇ ਇਸ ਪਦਵੀ 'ਤੇ ਬੈਠੇ ਨੇ ਸ਼ਖਸੀਅਤ ਨੇ, ਉਹਨਾਂ ਦਾ ਇਹ ਫਰਜ਼ ਅਤੇ ਰੋਲ ਬਣਦਾ, ਭੂਮਿਕਾ ਬਣਦੀ ਹੈ ਕਿ ਉਹ ਆਪਣੇ ਪਿਛਲੇ ਜਥੇਦਾਰਾਂ ਦੀ ਗਲਤੀ ਨੂੰ ਸੁਧਾਰਨ ਅਤੇ ਇਸ ਕੈਲੰਡਰ ਨੂੰ, ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਲਾਗੂ ਕਰਨ, ਕਿਉਂਕਿ ਇਹ ਸਾਡੀ ਨਿਆਰੀ ਹੋਂਦਸਤੀ ਦਾ ਪ੍ਰਤੀਕ ਹੈ। ਇਸ ਮੌਕੇ ਕੈਲੰਡਰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਸੰਗਤ ਨੂੰ ਵੀ ਵੰਡਿਆ ਗਿਆ। ਦਲ ਖਾਲਸਾ ਵੱਲੋਂ ਇਹ ਕੈਲੰਡਰ ਵਿਸਾਖੀ ਮੌਕੇ ਪਾਕਿਸਤਾਨ ਵਿੱਚ ਵੀ ਰਿਲੀਜ਼ ਕਰਨ ਦਾ ਫੈਸਲਾ ਕੀਤਾ ਗਿਆ। ਇਹ ਵਿਸਾਖੀ ਦੇ ਮੌਕੇ 'ਤੇ ਜਦੋਂ ਉੱਥੇ ਦੁਨੀਆਂ ਤੋਂ ਸਿੱਖ ਜੁੜੇਗਾ, ਇਹ ਪਾਕਿਸਤਾਨ ਦੇ ਵਿੱਚ ਵਿਸਾਖੀ ਮੌਕੇ, ਉਸ ਮੌਕੇ ਜਦੋਂ ਦੁਨੀਆਂ ਦਾ ਸਿੱਖ ਉੱਥੇ ਜੁੜਿਆ ਹੋਏਗਾ, ਉੱਥੇ ਵੀ ਇਹ ਮੁੜ ਰਿਲੀਜ਼ ਕੀਤਾ ਜਾਏਗਾ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।